ਗੱਲਬਾਤ ਆਪਾਂ ਕਰਦੇ ਹਾਂ ਐਨਓਸੀ ਤੇ। ਜੀ ਐਨਓਸੀ ਵਾਲਾ ਸੱਚਮੁੱਚ ਜਿਵੇਂ ਪਹਿਲਾਂ ਕਰਦੇ ਹੀ ਹੁੰਦੇ ਆ ਕਿ ਵਿੱਚ ਕੁਛ ਨਹੀਂ ਹੁੰਦਾ, ਲਿਫਾਫੇ ਦੇ ਉੱਤੇ ਇਸ਼ਤਿਹਾਰ ਜਿਹੜੇ ਹੁੰਦੇ ਆ ਉਹ ਬੜੇ ਚਮਕੀਲੇ ਹੁੰਦੇ ਆ, ਉਹ ਐਨਓਸੀ ਵਾਲਾ ਵੀ ਬੜਾ ਰੌਲਾ ਪਿਆ ਕਿ 500 ਹਾਂਜੀ ਵਰਗ ਗਜ਼ ਵਾਸਤੇ ਨਹੀਂ ਲੋੜੀਂਦੀ। ਪਰ ਇੱਕ ਲੈਟਰ ਮੈਂ ਤੁਹਾਡੇ ਨਾਲ ਪਹਿਲਾਂ ਵੀ ਇੱਕ ਦਿਨ ਨਿੱਜੀ ਤੌਰ 'ਤੇ ਵੀ ਗੱਲ ਕੀਤੀ ਸੀਗੀ ਹਾਂਜੀ ਹਾਂਜੀ ਕਿ ਉਹ 'ਚ ਕੋਈ ਸ਼ੱਕ ਜਿਹਾ ਆਇਆ, ਪਤਾ ਨਹੀਂ ਉਹ ਉਲਝਿਆ ਜਿਹਾ ਹੋਇਆ ਨੋਟੀਫਿਕੇਸ਼ਨ ਹੈ, ਉਹ ਕੋਈ ਕਲੀਅਰੈਂਸ ਉਹਦੀ ਕੋਈ ਆਈ ਕਿ ਬਸ ਉਵੇਂ ਹੀ ਹੈ ਹਜੇ ਤੱਕ? ਨਹੀਂ, ਐਨਓਸੀ ਦੇ ਮਾਮਲੇ 'ਚ ਆ ਮੈਂ ਨਾ ਇੱਕ ਦੇਖ ਰਿਹਾ ਸੀਗਾ, ਖਬਰ ਲੱਗੀ ਹੈ ਸੱਚ ਕਹੂੰ 'ਚ ਅੱਜ, ਜੀ ਤਾਂ ਉਹਨਾਂ ਨੇ ਇਹ ਖੁਲਾਸਾ ਕੀਤਾ ਹੈ ਕਿ ਕਮਾਲ ਦੀ ਗੱਲ ਹੈ ਕਿ ਐਨਓਸੀ ਦੀਆਂ ਸ਼ਰਤਾਂ ਹੀ ਤੈਅ ਨਹੀਂ ਕਰ ਰਹੀ ਹੈ ਸਰਕਾਰ, ਤੇ ਹੁਣ ਖੁਦ ਹੀ ਲਟਕਾਈ ਬੈਠੀ ਹੈ 30 ਦਿਨਾਂ ਤੋਂ ਫਾਈਲੇ, ਖਬਰ ਦਾ ਟਾਈਟਲ ਹੈ ਬਿਲਕੁਲ, ਮਤਲਬ ਮੈਂ ਤੇ ਹੈਰਾਨ ਆ। ਉਹ ਕਹਿੰਦੇ ਕਿ ਪੰਜਾਬ ਭਰ 'ਚ ਬੰਦ ਪਈਆਂ ਨੇ ਰਜਿਸਟਰੀਆਂ, ਲੋਕ ਕਰ ਰਹੇ ਨੇ ਸਰਕਾਰੀ ਨੋਟੀਫਿਕੇਸ਼ਨ ਦਾ ਇੰਤਜ਼ਾਰ। ਲਓ ਮੈਂ ਖੁਦ ਕਰਦਾ ਰਿਹਾ ਜੀ, ਮੈਂ ਅੱਛਾ ਦੱਸਿਆ ਵੀ ਸੀ, ਥੋੜੇ ਇੰਤਜ਼ਾਰ ਕਾ ਮਜ਼ਾ ਲੀਜੀਏ, ਫਿਰ ਹੋਰ ਕੀ ਕਿਹਾ ਜਾ ਸਕਦਾ। ਪਰ ਇੰਤਜ਼ਾਰ ਤੋਂ ਬਾਅਦ ਇਹ ਨਹੀਂ ਪਤਾ ਨਾ ਕਿ ਹੋਣਾ ਕੀ ਹੈ, ਫਿਰ ਕਿਤੇ ਨਹੀਂ ਇਹ ਤੇ ਹੁਣ ਮੈਗੇਰ ਦੇਖੋ ਪਾ ਜਾਣਗੇ। ਕਮਾਲ ਦੀ ਗੱਲ ਆ, ਇਹਨਾਂ ਨੂੰ ਯਾਰ ਕਹੂੰ, ਮੈਂ ਅੱਗੇ ਵੀ ਗੱਲ ਕਹੀ ਆ ਕਿ ਠੀਕ ਆ ਚਲੋ ਮਾੜੇ ਮੋਟੇ ਜਸ਼ਨ ਮੇਲੇ ਵੀ ਚੱਲਦੇ ਰਹਿਣੇ ਚਾਹੀਦੇ ਆ, ਤੁਸੀਂ ਕੋਈ ਯਾਰ ਕੰਮ ਤੁਹਾਨੂੰ ਘਰੋਂ ਨਹੀਂ ਕੋਈ ਕਹਿੰਦਾ? ਮੈਂ ਇਹਨਾਂ ਨੂੰ ਨੇਤਾਵਾਂ ਨੂੰ ਕਹਿੰਦਾ, ਅਮਨ ਅਰੋੜਾ, ਮਾਨ ਸਾਹਿਬ, ਵੀ ਤੁਹਾਨੂੰ ਘਰੋਂ ਵੀ ਨਹੀਂ ਕੋਈ ਕਹਿੰਦਾ ਕਿ ਡੱਕਾ ਤੋੜ ਲਿਆ ਕਰੋ ਯਾਰ? ਪਾਰਟੀ ਵਾਸਤੇ ਤੇ ਤੁਸੀਂ ਸਾਰਾ ਕੁਛ ਕਰਦੇ ਹੋ, ਇੱਥੇ ਗਿੱਦੜਵਾ 'ਚ ਆ ਗਏ, ਉਹ ਮੈਂ ਕਿੱਥੋਂ ਕਿੱਥੋਂ ਤੇ ਤੁਹਾਨੂੰ MLA ਦੱਸਾਂ, ਇੱਥੇ ਆ ਕੇ ਬੈਠੇ, ਉਹ ਉੱਥੇ ਰਹਿੰਦੇ ਨਹੀਂ ਸੀ, ਕਈ ਇੱਥੇ ਆਪਣੇ ਸ਼ਹਿਰ ਦੇ ਵਿੱਚ ਕਮਰੇ ਲੈ ਕੇ ਰਹਿੰਦੇ ਸੀ, ਕੋਈ ਲੁੱਕ ਕੇ ਰਹਿੰਦਾ ਸੀ, ਕੋਈ ਛਿਪ ਕੇ ਰਹਿੰਦਾ, ਕੋਈ ਵਾਰ ਰੂਮ ਬਣਾਈ ਬੈਠਾ। ਵੀ ਯਾਰ ਤੁਸੀਂ ਆਪਣੀ ਪਾਰਟੀ ਲਈ, ਇਲੈਕਸ਼ਨਾਂ ਲਈ ਇੰਨਾ ਕੁਝ ਕਰਦੇ ਜੇ, ਉਹ ਯਾਰ ਸੂਬੇ ਦੇ ਲੋਕਾਂ ਲਈ ਵੀ ਕੁਛ ਕਰ ਲਓ। ਕੋਈ ਤੁਹਾਨੂੰ, ਮੈਂ ਇਹਨਾਂ ਦੇ ਘਰਦਿਆਂ ਨੂੰ ਕਹਿੰਦਾ, ਰੱਬ ਦਾ ਵਾਸਤਾ ਇਹਨਾਂ ਲੀਡਰਾਂ ਦੀਆਂ ਘਰ ਵਾਲੀਆਂ ਨੂੰ, ਭੈਣੋ ਸਾਡੇ ਵਾਸਤੇ, ਕਿ ਇਹਨਾਂ ਨੂੰ ਥੋੜ੍ਹੀ ਨਾ ਹੋਜਾ ਜਮਾਰ ਦਿਆ ਕਰੋ ਜਦੋਂ ਤੁਰ ਲੱਗਦੇ ਸੀ। ਜੀ ਜੀ, ਵੀ ਕੁਛ ਕਰ ਵੀ ਲਿਆ ਕਰ, ਬਿਲਕੁਲ ਪੰਜਾਬ ਵਾਸਤੇ, ਲੋਕਾਂ ਵਾਸਤੇ, ਤੁਹਾਡੇ ਆਖੇ ਤੇ ਲੱਗਣਗੇ, ਅਸੀਂ ਤੇ ਖੁਦ ਉਹ ਮਿਨਿਸਟਰੀਆਂ ਤੋਂ ਡਰਦੇ ਹਾਂ। ਜੀ, ਜਿੱਡਾ ਮਰਜ਼ੀ ਕੋਈ ਤਕੜਾ ਬੰਦਾ ਹੋਵੇ, ਉਹ ਮਿਨਿਸਟਰੀ ਤੋਂ ਡਰ ਲੱਗਦਾ। ਜੀ, ਤੋ ਕਹਿਣ ਦਾ ਮਤਲਬ ਕਿ ਯਾਰ ਤੂੰ ਇਹ, ਤੁਸੀਂ ਆਪ ਹੀ ਸੋਚੋ ਕਿ ਆਹ ਕਿੱਡਾ ਕੁ ਮਾਮਲਾ ਯਾਰ ਐਨਓਸੀ ਐਨਓਸੀ ਦਾ ਤੁਸੀਂ ਰੌਲਾ ਪਾਇਆ ਹੈ, ਹਿਸਾਬ ਲਾ ਲਓ ਜੁਲਾਈ ਤੋਂ, ਨਹੀਂ ਪਤਾ ਸੀ ਹੁਣ ਵੀ ਪਤਾ ਲੱਗ ਗਿਆ, 31 ਜੁਲਾਈ ਤੋਂ ਇਹਨਾਂ ਨੇ ਕੀ ਕਰ ਰੱਖਿਆ। ਜੀ ਜੀ, ਤੇ ਹਿਸਾਬ ਲਾ ਲਓ ਕਿੰਨੇ ਹਫ਼ਤੇ, ਕਿੰਨੇ ਮਹੀਨੇ ਹੋ ਗਏ, ਪਹਿਲਾਂ ਰਾਜਪਾਲ ਕੋਲ ਫਾਈਲ ਪਈ ਰਹੀ, ਹੁਣ ਇਹਨਾਂ ਦੇ ਕੋਲ ਪਈ ਆ। ਮਤਲਬ ਕਿ ਇੱਕ ਬੰਦਾ, ਮੈਂ ਤੇ ਕਹਿੰਦਾ ਕਿ ਪੰਜਾਬ ਵਾਲੇ ਕੋਈ ਰੁਪਈਆ ਰੁਪਈਆ ਠਿਆਨੀ ਠਿਆਨੀ ਪਾ ਕੇ ਇੱਕ ਤਨਖਾਹ ਤੇ ਬੰਦਾ ਰੱਖ ਦੇਣ, ਜਿਹੜਾ ਤੜਕੇ ਉੱਠ ਕੇ ਮਾਨ ਸਾਹਿਬ ਨੂੰ ਇਹ ਯਾਦ ਕਰਾ ਦੇਵੇ ਕਿ ਫਲਾਣੀ ਫਾਈਲ ਸਰ ਇੰਨੇ ਦਿਨ ਤੋਂ ਪਈ ਆ, ਤੁਸੀਂ ਉਹਨੂੰ ਘੁੱਗੀ ਮਾਰ ਕੇ ਪਾਰ ਕਰੋ, ਕਿਉਂਕਿ ਦੂਜੇ ਤੇ ਤੁਹਾਡੇ ਲੱਗਦਾ ਮੈਨੂੰ ਉਹ ਤੇ ਬਈ ਕੁਛ ਹੋਰ ਹੀ ਉੱਥੇ ਖੇਡਦੇ ਕਰਦੇ ਨੇ। ਜੀ ਜੀ ਜੀ, ਬਿਲਕੁਲ, ਹਿਸਾਬ ਨਾਲ ਚੱਲਣ ਤੇ ਠੀਕ ਰਹੇਗਾ। ਜੀ ਬਿਲਕੁਲ ਬਿਲਕੁਲ, ਬਲੀ ਸਾਹਿਬ ਕਹਿ ਰਹੇ ਨੇ ਕਿ ਸੁਣਿਆ ਕਿ ਕੱਲ੍ਹ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ, 1 ਦਸੰਬਰ ਤੋਂ 28 ਦਸੰਬਰ ਤੱਕ ਬਿਨਾਂ ਐਨਓਸੀ ਤੋਂ ਰਜਿਸਟਰੀ ਕਰਵਾ ਰਹੇ ਹੈ। ਪਰ ਇਹਦੇ ਵਿੱਚ ਨਾ ਉਹੀ ਹੈ ਕਿ ਇਹਦੇ ਵਿੱਚ ਥੋੜ੍ਹਾ ਜਿਹਾ ਕਲੀਅਰ ਨਹੀਂ ਹੋਈ ਗੱਲ, ਉਹ ਆਪ ਵੀ ਕਦੇ ਤਰੀਕਾਂ ਜਿਹੀਆਂ ਦੇ ਦਿੱਤੀਆਂ, ਪਹਿਲਾਂ ਤਰੀਕ ਹੋਰ ਸੀ ਹੁਣ ਹੋਰ ਹੈ, ਮਸਲਾ ਅਜੇ ਉਹ ਤੁਹਾਡੇ ਵਾਲੀ ਗੱਲ ਹੈ ਕਿ ਇਹਨਾਂ ਨੂੰ ਹੋਜਾ ਜਮਾਨ ਦੀ ਲੋੜ ਹੈ ਭਾਈ, ਵੀ ਕਲੀਅਰ ਕਰ ਦੇ, ਉਲਝਾਓ ਨਾ। ਜੀ ਬਿਲਕੁਲ, ਮੈਂ ਅੱਜ ਹੀ ਮਿੰਟੂ ਜੀ ਉੱਥੇ ਹੀ ਸੀਗਾ, ਮੈਨੂੰ ਥੋੜ੍ਹਾ ਮਸਲਾ, ਤੁਸੀਂ ਆਪਣੀ ਆਪਣੀ ਦੱਸ ਦਿਓ ਹੱਡ ਬੀਤੀ, ਮੈਨੂੰ ਖੁਦ ਨੂੰ ਪਤਾ ਹੈ। ਅੱਛਾ ਜੀ, ਕੀ ਕਹਿੰਦੇ ਨੇ? ਇਹ ਕਹੀ ਜਾਂਦੇ ਆ ਦੇਖੋ ਕਿ ਅਸੀਂ ਕਰਤਾ, ਜਿਵੇਂ ਬੱਲੀ ਸਾਹਿਬ ਤੇ ਹੇਠਲੇ ਪੱਧਰ ਤੇ ਜਦੋਂ ਤੁਸੀਂ ਜਾਓਗੇ, ਜੀ ਅਫਸਰ ਕਿਸੇ ਦੀ ਗੱਲ ਹੀ ਨਾ ਸੁਣੇ ਤੇ ਉਹ ਕਹੇਗਾ ਕਿ ਦੱਸੋ ਤੁਹਾਡੇ ਕੋਲ ਕੀ ਆ। ਮੈਨੂੰ ਵੀ ਉਹਨੇ ਐਂ ਕਿਹਾ, ਕਹਿੰਦਾ ਭਾਜੀ ਨੋਟੀਫਿਕੇਸ਼ਨ ਆਇਆ ਸੀਗਾ, ਉਹ ਕਹਿੰਦਾ ਬਿਨਾਂ ਸਾਈਨ ਸੂਈਨ ਤੋਂ ਸੀਗਾ। ਫਿਰ ਉਹੀ ਗੱਲ ਰਹਿ ਗਈ ਨਾ ਕਿ ਜਦੋਂ ਤੁਸੀਂ ਨੋਰਮਸ ਹੀ ਨਹੀਂ ਤੈਅ ਕੀਤੇ, ਠੀਕ ਹੈ ਨਾ ਸਰ? ਜੀ ਜੀ,
ਤੁਸੀਂ ਨੋਰਮਸ ਤੈਅ ਕਰੋ, ਸ਼ਰਤਾਂ ਤੈਅ ਕਰੋ, ਸਾਰੀਆਂ ਚੀਜ਼ਾਂ ਤੈਅ ਕਰੋ, ਤਾਂ ਉਹਨਾਂ ਨੂੰ ਹਦਾਇਤਾਂ ਜਦੋਂ ਲਿਖਤੀ ਆਉਣਗੀਆਂ ਅਫਸਰ ਨੇ, ਤਾਂ ਉਦੋਂ ਹੀ ਸਾਰਾ ਕੁਛ ਡਨ ਕਰਨਾ ਹੈ ਨਾ। ਬਿਲਕੁਲ ਬਿਲਕੁਲ ਬਿਲਕੁਲ। ਇਸ਼ਤਿਹਾਰ ਤੇ ਅਖਬਾਰਾਂ ਵਿੱਚ ਦੇ ਦਿੱਤਾ ਕਿ ਐਨਓਸੀ ਮਾਫ ਕਰ ਦਿੱਤੀ ਹੈ, ਉਹ ਤੇ ਸਭ ਤੋਂ ਪਹਿਲਾਂ ਹੀ ਆ ਜਾਂਦਾ ਜੀ। ਉਹ ਇਸ਼ਤਿਹਾਰ ਤੇ ਸਰ ਇਹਨਾਂ ਦਾ ਦਾਤਨ ਕਰਦਿਆਂ ਦਾ ਆ ਜਾਂਦਾ। ਅੱਛਾ ਹੋਰ ਛੱਡੋ, ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਹਿਸਾਬ ਲਾ ਲਓ, ਐਡੇ ਫੁਕਰੇ ਨੇ, ਸ਼ੁਕਰੇ ਐਡੇ ਗੱਪੀ ਦੋਨੇ ਹੀ ਸਾਡੇ। ਉੱਥੇ ਪ੍ਰਧਾਨ ਮੰਤਰੀ ਇੱਕ ਗੱਲਬਾਤ ਚ ਕਹਿ ਗਿਆ ਕਿ ਭੋਪਾਲ ਦਾ ਨਾ ਮਹੇਸ਼ ਆ, ਉਹ ਬਜ਼ੁਰਗਾਂ ਲਈ ਬੜੀ ਸੇਵਾ ਕਰਦਾ ਆ, ਉਹਨੇ ਫੋਨ ਚਲਾਉਣੇ ਸਿਖਾਤੇ, UPI ਕਰਨੇ ਸਿਖਾਤੇ। ਹਿਸਾਬ ਲਾ ਲਓ ਸਾਰਾ ਪ੍ਰਸ਼ਾਸਨ ਉੱਥੇ ਮਹੱਲੇ 'ਚ ਜਾ ਕੇ ਉਸ ਮਹੇਸ਼ ਨੂੰ ਲੱਭਦਾ ਫਿਰਦਾ ਰਿਹਾ ਸਾਰੀ ਰਾਤ, ਮਹੇਸ਼ ਹੀ ਨਹੀਂ ਗਾ ਉਸ ਮਹੱਲੇ 'ਚ, ਦੱਸੋ ਪਤਾ ਨਹੀਂ ਕਿੱਥੋਂ ਚੌਰ ਸੀ ਰੇੜ ਗਿਆ ਪ੍ਰਧਾਨ ਮੰਤਰੀ। ਉਹੀ ਗੱਲ ਸਾਡੇ ਮੁੱਖ ਮੰਤਰੀ ਦੀ ਹੈ ਸਾਹਿਬ। ਸਾਡਾ ਮੁੱਖ ਮੰਤਰੀ ਵੀ ਹੁਣ ਤੁਸੀਂ ਦੇਖੋ, ਸੰਵਿਧਾਨ ਦਿਹਾੜਾ ਲੰਘਿਆ ਜੀ ਜੀ ਸਾਰੇ ਇਸ਼ਤਿਹਾਰ। ਉੱਦਾਂ ਇਹ ਅੰਬੇਦਕਰ ਜੀ ਨੂੰ, ਮੈਂ ਖੁਦ ਅੰਬੇਦਕਰ ਜੀ ਦੀ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੈ ਸਰ, ਮੈਂ ਗੁਜ਼ਾਰਿਸ਼ ਕਰੂੰਗਾ ਕਿ ਹਰੇਕ ਨੌਜਵਾਨ ਨੂੰ ਅੰਬੇਦਕਰ ਜੀ ਦੀ ਜੀਵਨੀ ਪੜ੍ਹਨੀ ਚਾਹੀਦੀ ਹੈ। ਬਿਲਕੁਲ, ਅੰਬੇਦਕਰ ਜੀ ਨੂੰ ਇਹਨਾਂ ਨੇ ਆਪਣੀ ਸਰਕਾਰ ਦੇ ਵਿੱਚ ਕਿੰਨੀ ਤਰਜੀਹ ਦਿੱਤੀ ਹੈ। ਜੋ ਇਨਸਾਨ ਸੰਵਿਧਾਨ ਵਾਸਤੇ ਜੀਵਿਆ, ਮਿਹਨਤ ਕੀਤੀ, ਉਸ ਵਰਗਾ ਬੰਦਾ ਕਦੇ ਯਾਰ ਸਦੀਆਂ 'ਚ ਪੈਦਾ ਹੁੰਦਾ? ਪੈਦਾ ਹੁੰਦਾ, ਬਿਲਕੁਲ। ਤਸਵੀਰ ਤੁਸੀਂ ਲਾ ਦਿੱਤੀ ਤੇ ਕੱਲ ਤੁਸੀਂ ਦੇਖੋ ਕਿ ਇਹ ਜਿਹੜੇ ਇਸ਼ਤਿਹਾਰਬਾਜ਼ ਹੈਗੇ ਨੇ ਸਰਕਾਰ ਵਾਲੇ, ਕਿ ਇੱਕ ਵੀ ਕਿਤੇ ਇਹਨਾਂ ਨੇ ਸੰਵਿਧਾਨ ਦਿਹਾੜੇ ਤੇ ਕੋਈ ਇਸ਼ਤਿਹਾਰ ਦਿੱਤਾ, ਜਦਕਿ ਹਰਿਆਣੇ ਨੇ ਦਿੱਤਾ, ਕੇਂਦਰ ਸਰਕਾਰ ਨੇ ਦਿੱਤਾ। ਬਿਲਕੁਲ, ਮਤਲਬ ਕਿ ਅਜੀਬ ਜਿਹੀਆਂ ਗੱਲਾਂ ਨੇ ਸਾਹਿਬ, ਕੀ ਕਹੀਏ ਹੁਣ ਆਪ ਨੂੰ, ਕਹਿੰਦੇ ਸ਼ਰਮ ਜੀ ਆਉਣ ਲੱਗ, ਕੀ ਕਹੀਏ ਹੈ ਨਾ, ਬਸ ਹੁਣ ਤੈਨੂੰ ਕੀ ਆਖਾਂ, ਫੇਲ ਕਹਾਂ ਕੇ ਪਾਸ। ਬਿਲਕੁਲ, ਪਾਸ ਵਾਲੇ ਪਾਸੇ ਨੰਬਰ ਘੱਟ ਹੀ ਮੰਨਦੇ, ਦੂਜੇ ਪਾਸੇ ਤੱਕੜੀ ਜਿਹੜੀ ਹੈ ਜ਼ਿਆਦਾ ਭਾਰੀ ਹੋ ਜਾਂਦੀ ਹੈ ਜੀ। ਰਕੇਸ਼ ਜੀ ਕਹਿ ਰਹੇ ਨੇ ਕਿ ਫੂਡ ਪ੍ਰੋਸੈਸਿੰਗ ਉਦਯੋਗ ਤੋਂ ਬਗੈਰ ਕਹਿੰਦੇ ਕੁਝ ਨਹੀਂ ਹੋਣਾ ਪੰਜਾਬ ਦਾ। ਪੰਜਾਬ 'ਚ ਭਾਈ ਜੀ ਬਹੁਤ ਉਦਯੋਗਾਂ ਦੀ ਲੋੜ ਹੈ ਸਰ। ਹਾਂਜੀ, ਇੱਕ ਤਾਂ ਅਸੀਂ ਦੇਖੋ ਖੇਤੀ, ਮੈਂ ਤੁਹਾਨੂੰ ਇੱਕ ਲਿਟਰਲੀ ਗੱਲ ਕਹਾਂ, ਖੇਤੀ ਨੂੰ ਕੋਈ ਵੀ ਸਰਕਾਰ ਸਟਰੋਂਗ ਨਹੀਂ ਕਰੇਗੀ ਜੀ। ਖੇਤੀ ਸਟਰੋਂਗ ਹੋਣ ਦਾ ਮਤਲਬ ਬਹੁਤ ਕੁਛ ਹੁੰਦਾ ਹੈ, ਉਹਨਾਂ ਨੇ ਲੇਬਰ ਕੱਢਣੀ ਹੈ ਸਾਹਿਬ। ਆਉਣ ਵਾਲੇ ਸਮੇਂ 'ਚ ਇੰਡੀਆ ਦੀ ਡਿਮਾਂਡ ਵਧੇਗੀ, ਲੇਬਰ ਘਟੇਗੀ, ਤਾਂ ਇਸ ਵਾਸਤੇ ਪਹਿਲਾਂ ਹੀ ਲੇਬਰ ਕੋਡ ਬਣਾ ਕੇ ਕਾਰਪੋਰੇਟ ਪੱਖੀ ਨਿਜ਼ਾਮ ਦੀ ਸਿਰਜਣਾ ਹੋ ਚੁੱਕੀ ਆ ਜੀ, ਪਹਿਲਾਂ ਵੀ ਚੱਲਦਾ। ਇਸ ਕਰਕੇ ਮੇਰਾ ਮੰਨਣਾ ਹੈ ਕਿ ਕਦੇ ਵੀ ਕਿਸਾਨ ਨੂੰ ਸਮਰੱਥ ਜਾਂ ਕਹਿ ਲਓ ਕਿ ਬਹੁਤ ਸਮਰਿੱਧ ਕਰਨ ਦੇ ਇਹ ਇਧਰਲੇ ਪਾਸੇ ਜਾਊਗੇ ਨਹੀਂ ਜੀ। ਸੈਕਿੰਡ ਚੀਜ਼ ਹੈ ਕਿ ਉਦਯੋਗ ਕੋਈ ਇੱਕ ਵਿਸ਼ੇਸ਼ ਨਹੀਂ ਅੱਜ ਦੇ ਦੌਰ 'ਚ ਕੰਮ ਕਰਦਾ ਸਰ, ਸਾਡਾ ਡੇਅਰੀ ਉਦਯੋਗ ਹੋਣਾ ਚਾਹੀਦਾ, ਫੂਡ ਪ੍ਰੋਸੈਸਿੰਗ ਉਦਯੋਗ ਹੋਣਾ ਚਾਹੀਦਾ ਜੀ ਜੀ। ਅਰੇ ਸਾਡੇ ਕੋਲ ਖੇਡ ਇੰਡਸਟਰੀ ਉੱਜੜ ਰਹੀ ਹੈ। ਬਿਲਕੁਲ, ਕੀ ਅੱਜ ਅਰੇ ਸਰ ਸਪੋਰਟਸ ਦਾ ਕਿੰਨਾ ਐਕਸਪੋਰਟ ਹੁੰਦਾ ਹੈ, ਗੇਲ ਵਰਗੇ ਬੱਲੇ ਕਿੱਥੋਂ ਲੈ ਕੇ ਜਾਂਦੇ ਸੀ ਜੀ, ਗੇਲ ਵਰਗੇ ਬੱਲੇ ਕਿੱਥੋਂ ਲੈ ਕੇ ਜਾਂਦੇ ਸੀ, ਵੈਸਟ ਇੰਡੀਜ਼ ਵਾਲੇ, ਕਦੇ ਸੋਚਿਓ ਤੇ ਸਹੀ ਜੀ। ਬਿਲਕੁਲ, ਮਤਲਬ ਕਿ ਸਾਨੂੰ ਇੰਡਸਟਰੀ ਤਰ੍ਹਾਂ ਤਰ੍ਹਾਂ ਦੀ ਜ਼ਰੂਰਤ ਆ, ਸਾਰੇ ਪਾਸਿਓਂ ਹੀ ਅਸੀਂ ਘੁੰਮਣਾ ਕਿਤੇ ਲੈ ਲਈਏ ਤੇ ਠੀਕ ਆ ਜੀ, ਪਰ ਐਸਾ ਕੋਈ ਵਿਜ਼ਨਰੀ ਜਿਹਦੇ ਕੋਲ ਵਿਜ਼ਡਮ ਹੋਵੇ ਲੀਡਰ ਨਜ਼ਰ ਹੀ ਨਹੀਂ ਆਉਂਦਾ।
ਜੀ ਬਿਲਕੁਲ ਗੱਲ ਤੇ ਇੱਥੇ ਆ ਕੇ ਬਿਲਕੁਲ ਬਿਲਕੁਲ ਇੱਕ ਕਮੈਂਟ ਕਰ ਰਹੇ ਸੀ ਮਿੱਤਰ, ਕਹਿੰਦੇ 5-5 ਕਰੋੜ ਲਾ ਕੇ MLA ਬਣੇ, ਕੰਮ ਇਹਨਾਂ ਨੇ ਕਾਹਨੂੰ ਕਰਨੇ। ਗੱਲ ਸੱਚੀ ਹੈ ਤੁਹਾਡੀ, ਉੱਥੇ ਹੀ ਆ ਗਏ ਉਹਨਾਂ ਦਾ ਤਨ ਸਿਆ ਸੀ, ਤਨ ਸਿਆ ਕੇ ਜਿਹੜੇ ਬਾਈ ਬਣ ਗਏ ਉਹਨਾਂ ਨੂੰ ਇਹੋ ਲੱਗਦਾ ਕਿ ਯਾਰ ਅਸੀਂ ਮਾਲਕ ਹਾਂ, ਅਸੀਂ ਸੂਬੇਦਾਰ ਹਾਂ, ਅਸੀਂ ਸੇਵਾਦਾਰ ਨਹੀਂ। ਜੀ ਜਿਸ ਦਿਨ ਸਾਡੇ 'ਚ ਭਾਵਨਾ ਆਉਂਦੀ ਆ ਨਾ, ਤੁਸੀਂ ਦੇਖੋ ਗੱਲ ਇਹ ਆ ਕਿ ਜ਼ਿੰਦਗੀ 'ਚ ਇੱਕ ਪ੍ਰਾਈਵੇਟ ਜੋਬ ਕਰਦੇ ਹੋ ਜਿਵੇਂ ਅਸੀਂ ਕਰਦੇ, ਇਸ ਜੋਬ ਨੂੰ ਜੇ ਤੁਸੀਂ ਇਹ ਬਣਵਾ ਲਓਗੇ ਬਸ ਵੀ 1-30 ਤਰੀਕ ਲਿਆਉਣੀ ਹੈ ਸਰ, ਤੁਸੀਂ ਜ਼ਿੰਦਗੀ 'ਚ ਤਰੱਕੀ ਨਹੀਂ ਕਰੋ। ਬਿਲਕੁਲ ਜੀ ਬਿਲਕੁਲ। ਅਤੇ ਜੇ ਤੁਸੀਂ ਇਹ ਸੋਚ ਕੇ ਜਾਓਗੇ ਨਾ ਕਿ ਹਰ ਦਿਨ ਮੈਂ ਨਵਾਂ ਕਰਨਾ, ਹਰ ਸ਼ਾਮ ਜਾ ਕੇ ਸੋਚੋਗੇ ਕਿ ਮੇਰੇ ਤੋਂ ਕਮੀ ਕਿੱਥੇ ਰਹਿ ਗਈ, ਜੀ ਤਰੱਕੀ ਤੁਹਾਡੀ ਉਦੋਂ। ਬਿਲਕੁਲ ਇਹੀ ਇੱਕ ਕਹਾਣੀ ਆ, ਜਿਸ ਦਿਨ ਇਹ ਦਾਰ ਉਹੀ ਰੱਖਣ, ਸੂਬੇ ਤੋਂ ਕੱਟ ਕੇ ਇਹ ਸੇਵਾ ਬਣ ਜਾਣ, ਜੀ ਸੇਵਾਦਾਰ ਬਣ ਜਾਣ, ਇੱਕ ਭਾਵਨਾ ਸੇਵਾਦਾਰ ਵਾਲੀ ਕਿ ਯਾਰ ਸੇਵਾ ਮਿਲੀ ਆ, ਪਰਮਾਤਮਾ ਨੇ ਵਡਿਆਈ ਬਖਸ਼ੀ। ਬਿਲਕੁਲ, ਇੰਨੇ ਲੋਕਾਂ ਦੀ ਮੌਕਾ ਬਖਸ਼ਿਆ ਮਸਾਂ, ਤੇ ਮੈਂ ਮਤਲਬ ਕਿ ਸੂਬੇਦਾਰੀ ਨਹੀਂ ਕਰਨੀ, ਸੇਵਾਦਾਰੀ ਕਰਨੀ ਹੈ, ਗਾਂ ਬਣੂਗਾ ਨਾ ਬਣੂਗਾ ਦੇਖੀ ਜਾਊਗੀ, ਤਾਂ ਤੁਸੀਂ ਦੇਖਿਓ ਫਿਰ ਕਿੱਦਾਂ ਕੰਮ ਹੁੰਦਾ। ਬਿਲਕੁਲ ਬਿਲਕੁਲ, ਇਹ ਸੂਬੇਦਾਰੀ ਵਾਲੀ ਭਾਵਨਾ ਰੱਖਦੇ ਆ, ਇਹ ਸਦੀਆਂ ਤੋਂ ਗੁਲਾਮ ਰਹੇ ਆ, ਹੁਣ ਇਹਨਾਂ ਨੂੰ ਜਦੋਂ ਇਹ ਪਾਵਰ ਮਿਲਦੀ ਆ, ਇਹ ਦੂਜਿਆਂ ਨੂੰ ਫਿਰ ਉਹ ਗੁਲਾਮਾਂ 'ਚ ਦੇਖਣਾ ਸਟਾਰਟ ਕਰ ਦਿੰਦੇ ਆ ਕਿ ਇਹ ਵੀ ਗੁਲਾਮਾਂ ਦਾ ਰੂਪ ਨੇ, ਇਹ ਸਾਡੀ ਪਰਜਾ, ਅਸੀਂ ਸ਼ਹਿਨਸ਼ਾਹ, ਸਾਡੇ ਐਸਾ ਨਹੀਂ ਹੈ ਸਭ, ਐਸਾ ਨਹੀਂ ਹੋਣਾ ਚਾਹੀਦਾ। ਬਿਲਕੁਲ ਬਿਲਕੁਲ ਮਿੰਟੂ ਜੀ।